ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਸਰਬੀ ਸ਼ਰਮਾ ਪ੍ਰੋਗਰਾਮ ਖਬਰਨਾਮਾ ਲੱਗ ਇੱਕ ਵਾਰ ਫਿਰ ਤੋਂ ਹਸਰਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਪੰਜਾਬੀਆਂ ਤੋਂ ਪੰਜਾਬੀਆਂ ਦੇ ਸ਼ੁਰੂਆਤ ਇਸ ਕਰਕੇ ਮੈਂ ਕਰ ਰਹੀ ਹਾਂ ਕਿਉਂਕਿ ਪੰਜਾਬੀ ਅੱਜ ਦੇ ਪੂਰੇ ਵਿਦੇਸ਼ਾਂ ਦੇ ਵਿੱਚ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਵਸ ਚੁੱਕੇ ਨੇ ਕਹਿੰਦੇ ਨਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਤੁਹਾਨੂੰ ਪੰਜਾਬੀ ਜ਼ਰੂਰ ਲੱਭ ਚੰਗੇ ਇਸ ਕਰਕੇ ਵੀ ਪੰਜਾਬੀ ਦੀ ਗੱਲ ਕਰ ਰਹੀ ਹਾਂ ਇਹ ਬਹੁਤ ਮਾਣ ਵਾਲੀ ਗੱਲ ਹੈ ਇੱਥੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਵਸੇ ਨੇ ਤੇ ਜਿੱਥੇ ਵੀ ਵਸੇ ਨੇ ਉਹਨਾਂ ਨੇ ਪੰਜਾਬੀਆ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਸਾਡੇ ਪੰਜਾਬੀਆ ਨੂੰ ਪਹਛਾਨਿਆ ਜਾਂਦਾ ਹੈ ਇੱਕ ਚੰਗੀ ਤਰਬੀਅਤ ਕਰਕੇ ਚੰਗੇ ਵਿਚਾਰਾ ਕਰਕੇ ਵੱਡੇ ਦਿਲ ਕਰਕੇ ਪਹਛਾਨਿਆ ਜਾਂਦਾ ਕਿਉਂਕਿ ਪੰਜਾਬੀ ਬੜੇ ਖੁੱਲੇ ਅਤੇ ਵੱਡੇ ਦਿਲ ਦੇ ਹੁੰਦੇ ਨੇ ਤੇ ਸਹਾਇਤਾ ਕਰਨ ਨੂੰ ਹਮੇਸ਼ਾ ਅੱਗੇ ਰਹਿੰਦੇ ਨੇ ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵਿਪਤੀ ਆ ਜਾਏ ਲੇਕਿਨ ਪੰਜਾਬੀ ਹਮੇਸ਼ਾ ਤਿਆਰ ਰਹਿੰਦੇ ਨੇ ਬਹੁਤ ਸਾਰੇ ਐਸੀ ਖਾਸੀਅਤ ਹੈ ਸਾਡੇ ਪੰਜਾਬੀਅਤ ਦੇ ਵਿੱਚ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ ਤੇ ਸਾਡਾ ਨਾਮ ਹੁੰਦਾ ਅੱਜ ਵਿਦੇਸ਼ਾਂ ਦੇ ਵਿੱਚ ਸਾਡੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਹਨ ਜੋ ਕਿ ਕਿਤਨਾ ਕਿਤੇ ਅਹੁਦੇ ਤੇ ਹਨ ਯਾਨੀ ਕਿ ਕੋਈ ਪ੍ਰਧਾਨ ਹੈ ਕੋਈ ਮੇਅਰ ਹੈ ਕੋਈ ਕੁਝ ਬਣਿਆ ਹੋਇਆ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਪਰ ਕੀ ਫਾਇਦਾ ਇੰਨੇ ਸਾਰੇ ਮਾਣ ਸਨਮਾਨ ਦਾ ਜੇ ਕੁਝ ਲੋਕਾਂ ਦੇ ਕਰਕੇ ਸਾਰੇ ਪੰਜਾਬੀਆਂ ਦਾ ਨਾਮ ਬਦਨਾਮ ਹੋ ਜਾਏ ਸਾਰੇ ਪੰਜਾਬੀ ਬਦਨਾਮ ਹੋ ਜਾਣ ਮੈਂ ਗੱਲ ਕਰ ਰਹੀ ਹਾਂ ਸਿੱਧੇ ਤੋਤੇ ਗੈਂਗਸਟਰਾਂ ਦੀ ਗੈਂਗਸਟਰ ਅੱਜ ਬਹੁਤ ਜਗ੍ਹਾ ਫੈਲ ਚੁੱਕੇ ਨੇ ਖਾਸੋ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੈਂਗਸਟਰ ਨੇ ਜੋ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠ ਕੇ ਨੇ ਪੰਜਾਬ ਦੇ ਲੋਕਾਂ ਨੂੰ ਤਾਂ ਤੰਕਾਰੀ ਰਹੀ ਸੀ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਤੰਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੰਜਾਬੀਅਤ ਬਦਨਾਮ ਹੋਣਾ ਤਾਂ ਬੰਦਾ ਹੀ ਹੈ ਅੱਜ ਲੋਕ ਪੰਜਾਬੀਆਂ ਤੋਂ ਚਾਹਤ ਦਰਦੇ ਹੋਣ ਕਿ ਪਤਾ ਉਹਨਾਂ ਨੇ ਮਨ ਦੇ ਵਿੱਚ ਸਾਡੇ ਲਈ ਕੀ ਵਿਚਾਰ ਆਵੇ ਸੋ ਗੈਂਗਸਟਰ ਵਾਲ ਨਸ਼ਾ ਤਸਕਰੀ ਕਰਨ ਵਾਲੇ ਇਹਨਾਂ ਸਾਰਿਆਂ ਦੇ ਕਰਕੇ ਅੱਜ ਪੰਜਾਬੀ ਕਿਤੇ ਨਾ ਕਿਤੇ ਬਦਨਾਮ ਹੋ ਰਹੇ ਨੇ ਖਾਸ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਕਿਉਂਕਿ ਸਭ ਤੋਂ ਜ਼ਿਆਦਾ ਆਬਾਦੀ ਕੈਨੇਡਾ ਦੇ ਵਿੱਚ ਹੈ ਤੇ ਕੈਨੇਡਾ ਦੇ ਵਿੱਚ ਨਸ਼ਾ ਵੀ ਚੱਲਦਾ ਹੈ ਜਿੱਥੇ ਇਹ ਗੱਲ ਵੀ ਕਈ ਵਾਰ ਸੁਣਨ ਨੂੰ ਮਿਲਦੀ ਹੈ ਕਿ ਪੰਜਾਬੀ ਉੱਥੇ ਆ ਕੇ ਬਹੁਤ ਨਸ਼ਾ ਕਰਦੇ ਨੇ ਤੇ ਵੇਚਦੇ ਨੇ ਹੋਤੇ ਹੀ ਕਤਲ ਦੀ ਖਬਰ ਬਹੁਤ ਜ਼ਿਆਦਾ ਸੁਣਨ ਨੂੰ ਅੱਜਕਲ ਮਿਲਦੀ ਆ ਪਿਆਨੇ ਤੇ ਗੈਂਗਸਟਰਾਂ ਵੱਲੋਂ ਕਤਲ ਬਹੁਤ ਜ਼ਿਆਦਾ ਕੀਤੇ ਜਾ ਰਹੇ ਨੇ ਕਾਨੂੰਨ ਦੇ ਹੱਥ ਤਾ ਲੰਮੇ ਸੁਨੇ ਸੀ ਪਰ ਇਥੇ ਗੈਂਗਸਟਰਾਂ ਦੇ ਹੱਥ ਇਹਨੇ ਲੰਮੇ ਹੋ ਚੁੱਕੇ ਨੇ ਕਿ ਉਹ ਜਿੱਥੇ ਮਰਜ਼ੀ ਬੈਠ ਕੇ ਗੈਂਗਸਟਰਵਾਦ ਆਪਣਾ ਚਲਾ ਰਹੇ ਨੇ ਬੀਤੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆ ਦੀ ਤਸਕਰੀ ਅਤੇ ਆਪਸੀ ਕਤਲੋ ਗਾਰਤ ਕਾਰਨ ਸਾਰੇ ਕੈਨੇਡਾ ਦੇ ਵਿੱਚ ਬਦਨਾਮ ਹਨ ਇਹਨਾਂ ਦੀਆਂ ਕਰਤੂਤਾ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਚ ਝਲਨੀ ਪੈਂਦੀ ਹੈ ਇੰਗਲਿਸ਼ ਮੀਡੀਆ ਇੰਡੋ ਕਨੇਡੀਅਨ ਗੈਂਗ ਦੱਸ ਕੇ ਪ੍ਰਮੁਖਤਾ ਨਾਲ ਇਹਨਾਂ ਬਾਰੇ ਨਾਂ ਪੱਖੀ ਖਬਰ ਇਹਨਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜਾ ਅਮਰੀਕਾ ਕੈਨੇਡਾ ਬਾਰਡਰ ਤੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਬੁਕਤਨਾ ਪੈ ਰਿਹਾ ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਤੇ ਸਪੈਸ਼ਲ ਸਕੈਨਰਾਂ ਰਾਹੀਂ ਚੈਕਿੰਗ ਕਰਕੇ ਕਈ ਕਿ ਕੇ ਘੰਟੇ ਖੁਆਰ ਕੀਤਾ ਜਾਂਦਾ ਨਸ਼ਿਆਂ ਦੇ ਵਪਾਰ ਤੋਂ ਬਿਨਾ ਹੁਣ 3-4 ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੋਤੀਆਂ ਮੰਗੰਦਾਂ ਨਵਾਂ ਤੇ ਸੋਖਾ ਤੰਦਾਂ ਸ਼ੁਰੂ ਕਰ ਲਿਆ ਫਿਰੋਤੀ ਨਾ ਮਿਲਣ ਤੇ ਸ਼ਿਕਾਰ ਦੇ ਘਰ ਤੇ ਫਾਇਰਿੰਗ ਕੀਤੀ ਜਾਂਦੀ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਪਰਵਾਸੀ ਪੰਜਾਬੀ ਜਿਹੜੇ ਕੈਨੇਡਾ ਦੇ ਅਮਨ ਕਾਨੂੰਨ ਦੇ ਹਾਲਤ ਦੀਆਂ ਤਾਰੀਫ਼ਾ ਕਰਦੇ ਨਹੀਂ ਸੀ ਥੱਕਦੇ ਹੁਣ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਿਵੇਂ ਲੋਰੈਂਸ ਬਿਸ਼ਨੋਈ ਭੱਜ ਕੇ ਕੈਨੇਡਾ ਆ ਗਿਆ ਹੋਵੇ ਫਿਰੋਤੀਆ ਮੰਗਨ ਦੀ ਬੁਰਾਈ ਵੈਂਕੂਵਰ ਸਰੀ ਖੇਤ ਤੋਂ ਦ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ ਕੈਲਗਰੀ ਐਡਮਿੰਟਨ ਟੋਰਾਂਟੋ ਬ੍ਰੈਮਟਨ ਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ 31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪਚੀ ਪੀਤੇ ਫਰੋਤੀਆਂ ਭਾਰ ਦਿੱਤੀਆਂ ਉਹਨਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਚੱਲ ਸਕੀ 27 ਦਸੰਬਰ ਨੂੰ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਦੇ بیٹے ਦੇ ਘਰ ਤੇ ਸਰੀ ਵਿਕੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋ-ਕਨੇਡੀਅਨ ਪੁਆਚਾਰਨ ਹਿਲਾ ਕੇ ਰੱਖ ਦਿੱਤਾ ਕੁਝ ਦਿਨ ਪਹਿਲਾਂ ਐਡਮਿੰਟਨ ਪੁਲਿਸ ਨੇ ਫਰੋਤੀ ਦੇ ਮਾਮਲੇ ਕਾਰਨ ਲਗਾਈਆਂ ਗਈਆਂ ਦਰਜਨ ਦੇ ਕਰੀਬ ਅੱਗਾਂ ਦੀਆਂ ਵਾਰਦਾਤਾ ਬਾਰੇ ਪ੍ਰੈਸ ਰਿਲੀਜ਼ ਜਾਰੀ ਕੀਤਾ ਹੈ ਇਸ ਵਿੱਚ ਉਹਨਾਂ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਧਮਕੀਆਂ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ ਹੁਣ ਤੱਕ अनेका ਉਸਾਰੀ ਅਧਿਨਕਾਰ ਸ਼ੋਰੂਮ ਅਤੇ ਸ਼ੋਹ ਹਾਊਸ ਅੱਗ ਲਗਾ ਕੇ ਸਾੜ ਦਿੱਤੇ ਗਏ ਹਨ ਅੱਗ ਲਗਾਉਣ ਤੋਂ ਬਾਅਦ ਫਿਰੋਤੀ ਦੀ ਮੰਗ ਦੁੱਗਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ਤੇ ਸ਼ਿਕਾਰ ਦੇ ਰਿਹਾਇਸ਼ ਸਹਾਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ ਅਤੇ ਸ਼ੁਕਰ ਕੀਤਾ ਜਾਂਦਾ ਹੈ ਕਿ ਅਜੇ ਤੱਕ ਕੋਈ ਜ਼ਖਮੀ ਨਹੀਂ ਹੋਇਆ ਇਨ੍ਹਾਂ ਵਾਰਦਾਤਾ ਵਿੱਚ ਛੋਟੀ ਉਮਰ ਦੇ ਤਾਂ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ ਪੁਲਿਸ ਖਾਸ ਤੌਰ ਤੇ ਅਜਿਹੇ ਨੌਜਵਾਨਾਂ ਤੇ ਨਿਗਾਹ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਪੈਟਰੋਲ ਨਾਲ ਭਰੇ ਹੋਏ ਜ਼ੈਰੀਕੇਨ ਹੋਂ ਪੁਲਿਸ ਨੇ ਫਿਰੋਤੀਆ ਮੰਗਨ ਅੱਗਾ ਲਗਾਉ ਅਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ ਪਰਮਿੰਦਰ ਸਿੰਘ ਉਮਰ 20 ਸਾਲ ਹਸਨ ਡੈਂਬਲੀ ਉਮਰ 18 ਸਾਲ ਮਾਨਵ ਹੀਰ ਉਮਰ 18 ਸਾਲ ਰਵਿੰਦਰ ਸਿੱਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ ਇਹਨਾਂ ਵਿੱਚ ਪਰਮਿੰਦਰ ਸਿੰਘ ਤੇ ਧਮਕੀਆਂ ਦੇਣ ਅਗਜਨੀ ਅਤੇ ਗੋਲੀਬਾਰੀ ਦੇ 12 ਕੇਸਾਂ ਚੱਲਣ ਕੈਨੇਡਾ ਦੇ ਨਰਮ ਕਾਨੂੰਨਾ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਲਜ਼ਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਤੇ ਫਿਰੋਤੀ ਲਈ ਧਮਕੀਆਂ ਵਿੱਚ ਵਾਧਾ ਹੋਇਆ 9 ਦਸੰਬਰ ਨੂੰ ਅਨਟੋਰੀਓ ਪੁਲਿਸ ਨੇ ਐਬਸ ਫੋਰ ਦੇ 23 ਸਾਲ ਤਰਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਗਣੀ ਵੱਸੋਂ ਵਾਲੇ ਸ਼ਹਿਰ ਬ੍ਰੈਂਪਟਨ ਵਿਖੇ ਇੱਕ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ ਉਸ ਦੀ ਪੁਸ਼ਕਿਸ਼ ਤੋਂ ਫਿਰੋਤਿਆਂ ਵਸੂਲਣ ਵਾਲੇ ਸੰਗਠਿਤ ਗਿਰੋਹਾਂ ਬਾਰੇ ਅਜੇ ਹੈਰਾਨੀਜਨਕ ਇਨਕਸ਼ਾਫ ਹੋਏ ਹਨ ਕਿ ਅਨਟਾਰੀਓ ਪੁਲਿਸ ਨੂੰ ਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਕੈਨੇਡਾ ਦੇ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਅਤੇ ਆਰਥਿਕ ਮੰਦੀ ਕਰ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਉਤੇ ਹੀ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜ਼ਬਰੀ ਵਸੂਲੀ ਧਮਕੀਆਂ ਗੋਲੀਬਾਰੀ ਤੇ ਅਗਜ਼ਰੀ ਦੀਆਂ ਕਟਨਾਵਾਂ ਨੇ ਦਹਿਲਾ ਦਿੱਤਾ ਹੈ ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰ ਵੱਲੋਂ ਕੀਤੇ ਜਾ ਰਹੇ ਨਸ਼ੀਆ ਦੇ ਕਾਰੋਬਾਰ ਤੇ ਆਪਸੀ ਕਤਲਿਆਮ ਦੇ ਕੇਸਾਂ ਨੂੰ ਹੱਲ ਕਰਨ 'ਚ ਅਸਫਲ ਰਹੀ ਹੈ ਲੱਗਦਾ ਹੈ ਕਿ ਇਸ ਮਾਮਲੇ 'ਚ ਉਸ ਨੂੰ ਜ਼ਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ ਵੈਸੇ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ ਜਦ ਕੋਈ ਗੈਂਗਸਟਰ ਜ਼ਿਆਦਾ ਅਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਕੋਸ਼ਨਾ ਜਾਰੀ ਕਰ ਦਿੰਦੀ ਹੈ ਕਿ ਇਸ ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ ਜੋ ਵੀ ਵਿਅਕਤੀ ਇਸ ਨਾਲ ਸੰਬੰਧ ਰੱਖੇਗਾ ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਇਸੇ ਕਾਰਨ નિર્ਦੋਸ਼ ਪੰਜਾਬੀਆਂ ਅਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਵੱਧ ਕੇਸ ਅੱਜ ਤੱਕ ਅਨਸੁਲਝੇ ਪਏ ਹਨ ਗੈਂਗ ਹਿੰਸਾ ਕਾਰਨ ਕੈਨੇਡਾ 'ਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਚ ਜਾ ਚੁੱਕੇ ਹਨ ਗੈਂਗ ਹਿੰਸਾ ਕਾਰਨ ਕੈਨੇਡਾ 'ਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ 'ਚ ਗੈਂਗ ਹਿੰਸਾ ਕਾਰਨ ਹੋਣ ਵਾਲੀ ਕੁੱਲ ਮੌਤਾਂ ਦਾ 27% ਬਣਦੀਆਂ ਹਨ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਪਰ ਕੈਨੇਡਾ ਦੇ ਨਰਮ ਕਾਨੂੰਨਾਂ 'ਚ ਬੱਜੇ ਹੋਣ ਕਾਰਨ ਤਫ਼ਤੀਸ਼ ਜੂੰਦੀ ਤੋਰ ਚੱਲ ਰਹੀ ਹੈ ਤਨਮਨਜੋਤ ਗਿੱਲ ਦੀ ਪੁਸ਼ਕਿਸ਼ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਬੱਚਿਆਂ ਦੇ ਸਕੂਲ ਕਾਰਾਂ ਦੇ ਨੰਬਰ ਪਸੰਦੀਦਾ ਰੈਸਟੋਰੈਂਟ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਪੰਜਾਬ ਵਿਚਲੇ ਐਡਰੈਸ ਤੱਕ ਦੀ ਜਾਣਕਾਰੀ ਉਹਨਾਂ ਕੋਲ ਸੀ ਇਨ੍ਹਾਂ ਗੈਂਗਾ ਦੀ ਕਾਰਜਸ਼ੈਲੀ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਦੀ ਅਗਵਾਈ ਤੇ ਮਾਰਗਦਰਸ਼ਨ ਕੈਨੇਡਾ ਵਿੱਚ ਸ਼ਰਨ ਦੇ ਲਈ ਬੈਠੇ ਗੋਲਦੀ ਬਰਾੜ ਲਖਵੀਰ ਸਿੰਘ ਲੰਡਾ ਅਰਸ਼ਦ ਡਾਲਾ ਰਮਨ ਜੱਜ ਅਤੇ ਰਿੰਕੂ ਬੇਲਾ ਆਦਿ ਵਰਗੇ ਪੰਜਾਬ ਦੇ ਵਿੱਚ ਫਰੋਤੀਆਂ ਉਗਰਾਹਨ ਦੇ ਮਾਹਰ ਉਸਤਾਦ ਕਰ ਰਹੇ ਹਨ ਪੁਲਿਸ ਅਫਸਰਿਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆ ਕਿ ਉਹ ਫਿਰੋਤੀਆ ਉਗਰਾਹੋਂ ਦੇਪ ਤੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ਤੇ ਨਸ਼ਿਆ ਦੇ ਕੇਸਾ ਨਾਲ ਬਹੁਤ ਘੱਟ ਸਜ਼ਾ ਮਿਲਦੀ ਹੈ ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜ਼ਿਆਦਾ ਬੰਦ ਹੈ ਵੈਂਕੂਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹੀ ਆਰਾਮ ਕਰ ਦਿੱਤੀ ਹੈ ਹਾਲਾਤ ਇੰਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇहद ਗੰਭੀਰ ਹੈ। ਇਸ ਇਕੱਠ 'ਚ ਸਥਾਨਕ ਐਮਪੀ ਅਤੇ ਐਮਐਲਏ ਵੀ ਹਾਜ਼ਰ ਹੋਏ। ਉਹਨਾਂ ਨੇ ਅਪੀਲ ਕੀਤੀ ਕਿ ਕਾਰੋਬਾਰੀਆਂ ਨੂੰ ਫਰੋਟੀਆਂ ਦੇਣ ਦੀ ਬਜਾਏ ਪੁਲਿਸੀ ਮਦਦ ਲੈਣੀ ਚਾਹੀਦੀ ਹੈ। ਉੱਤੇ ਭਾਰਤੀ ਕੈਨੇਡੀਅਨ ਪਾਈਚਾਰੇ ਨੇ ਅਟਾਨੀ ਜਰਨਲ ਨੂੰ BC ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੇ ਮੇਅਰ ਬ੍ਰੈਂਡਾ ਲੋਕ ਅਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਾਸਤੇ ਮੈਮੋਰੰਡਮ ਦਿੱਤੇ ਤੇ ਮੰਗ ਕੀਤੀ ਹੈ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਦੇ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ ਇਸ ਤੋਂ ਇਲਾਵਾ ਪਹਿਲਾ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ ਲੋਰੈਂਸ ਬਿਸ਼ਨੋਈ ਵਰਗੀਆਂ ਤੋਂ ਪ੍ਰਭਾਵਿਤ ਹੋ ਕੇ ਫਿਰੋਤੀਆਂ ਉਗਰਾਹਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਪੰਜਾਬ ਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕੈਨੇਡਾ ਦੇ ਵਿੱਚ ਪੁਲਿਸ ਕੋਲੋਂ ਇਨਸਾਫ਼ ਲੈਣ ਲਈ ਕਿਸੇ ਸੱਤਾਤਾਰੀ ਲੀਡਰ ਦਾ ਫੋਨ ਕਰਵਾਣਾ ਜਾਂ ਕੋਈ ਹੋਰ ਸਜ਼ਾ ਖੱਬਾ ਕਰਨ ਦੀ ਲੋੜ ਨਹੀਂ ਪੈਂਦੀ ਇੰਡੋ ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਤੜਾ ਤੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਇਹ ਗੈਂਗਸਟਰ ਪੰਜਾਬੀਆਂ ਦੇ ਨਾਲ ਤੇ ਕਾਲਾ ਤੱਬਾ ਹਨ ਤੇ ਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ ਪੂਰੀ ਦੁਨੀਆ 'ਚ ਜੀਵਨ ਦੀ ਆਚ ਸੁਧਾਰ ਤੇ ਜਨੇਪੇ ਦੀ ਗਿਰਾਵਟ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਆਬਾਦੀ ਦੀ ਰੂਪਰੇਖਾ 'ਚ ਤਬਦੀਲੀ ਆਉਣ ਵਾਲੀ ਹੈ। ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ 2050 ਤੱਕ ਬਜ਼ੁਰਗਾਂ ਦੀ ਆਬਾਦੀ 2022 ਦੇ 110 ਕਰੋੜ ਦੇ ਮੁਕਾਬਲੇ 210 ਕਰੋੜ ਹੋ ਜਾਵੇਗੀ। ਭਾਰਤ ਦੀ ਗੱਲ ਕਰੀਏ ਤਾਂ 1 ਜੁਲਾਈ 2022 ਤੱਕ 14.9 ਕਰੋੜ ਆਬਾਦੀ ਬਜ਼ੁਰਗ ਸੀ। ਇੱਥੇ 2050 'ਚ ਬਜ਼ੁਰਗਾਂ ਦੀ ਆਬਾਦੀ ਵੱਧ ਕੇ 34 ਕਰੋੜ ਆਬਾਦੀ ਹੋ ਸਕਦੀ ਹੈ। ਮਤਲਬ 2050 'ਚ ਹਰ 50 ਚੋਂ ਇੱਕ ਵਿਅਕਤੀ ਬਜ਼ੁਰਗ ਹੋਵੇਗਾ ਅਰਥ ਵਿਵਸਥਾ ਅਤੇ ਸਮਾਜ ਤੇ ਪਵੇਗਾ ਇੱਕ ਅਸਰ ਡਾਊਨ ਟੂ ਅਰਥ ਅਨੁਸਾਰ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪੋਪੂਲੇਸ਼ਨ ਸਾਇੰਸ ਐਂਡ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨਸ ਫੰਡ ਵੱਲੋਂ ਪ੍ਰਕਾਸ਼ਿਤ ਇੰਡੀਆ ਏਜਿੰਗ ਰਿਪੋਰਟ 2023 ਇਹ ਜਾਣਕਾਰੀਆਂ ਦਿੱਤੀਆਂ ਗਈਆਂ रिपोर्ट ਦੇ ਮੁਤਾਬਕ ਬਜ਼ੁਰਗਾਂ ਦੀ ਆਬਾਦੀ 'ਚ ਅਚਾਨਕ ਵਾਧਾ ਸਿਹਤ ਤੰਤਰ, ਅਰਥ ਵਿਵਸਥਾ ਅਤੇ ਸਮਾਜ ਨੂੰ ਪ੍ਰਭਾਵਿਤ ਕਰੇਗਾ। ਇਸ ਮਿਆਂਚ ਇਹ ਵਾਧਾ ਵਿਕਸਿਤ ਦੇਸ਼ਾਂ 'ਚ 26% ਤੋਂ ਵੱਧ ਕੇ 34% ਹੋਵੇਗਾ। ਜਦਕਿ ਦੂਜੇ ਸ਼ਬਦਾਂ ਚ ਕਹੀਏ ਤਾਂ ਘੱਟ ਵਿਕਸਿਤ ਦੇਸ਼ਾਂ 'ਚ ਬਜ਼ੁਰਗ ਆਬਾਦੀ 2022 'ਚ 70 ਕਰੋੜ ਤੋਂ ਵੱਧ ਕੇ 2050 'ਚ 170 ਕਰੋੜ ਤੱਕ ਪਹੁੰਚ ਜਾਵੇਗੀ। ਭਾਰਤ ਦੇ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨ ਫੰਡ ਦੀ ਪ੍ਰਤੀਨਿਧੀ ਦੇ ਹਵਾਲੇ ਦੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸੂਬਿਆਂ 'ਚ ਬੁੱਢੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਉਹ ਲਿਖਦੇ ਹਨ ਕਿ ਵਿਦਿਆ ਵਿਧਿਆਪਨ ਤੇ ਔਰਤਾ 'ਚ ਉੱਚੇ ਜੀਵਨ ਦੀ ਆਸ ਅਚਾਨਕ ਭਾਰਤ ਦੀ ਪ੍ਰਮੁੱਖ ਆਬਾਦੀ ਵਿਸ਼ੇਸ਼ਤਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਆਮਦਨ ਹਾਸਲ ਕਰਦੀਆਂ ਹਨ। ਫੈਮੀਨਾਈਜੇਸ਼ਨਸ ਦਾ ਗਰੀਬੀ ਨਾਲ ਸਿੱਧਾ ਨਾਤਾ ਹੈ। ਇਸ ਲਈ ਨੀਤੀ ਨਿਰਮਾਤਾਵਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਭਾਰਤ ਅਤੇ ਮਾਲਦੀਵ ਦਾ ਮਾਮਲਾ ਸੂਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਮਾਲਦੀਵ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਬਹੁਤ ਸਾਰੇ ਸੈਲੀਬ੍ਰਿਟੀਜ਼ ਭਾਰਤ ਦੇ ਜਿਹਨੇ ਉਹਨਾਂ ਵੱਲੋਂ ਬਾਇਕਾਟ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜ਼ਬਰਦ ਖਿਤਾ ਹੈ ਅਤੇ ਬਹੁਤ ਸਾਰੇ ਸੈਲਾਨੀਆਂ ਨੇ ਜ਼ ਬਾਇਕਾਟ ਕਰ ਦਿੱਤਾ ਹੈ ਉਹਨਾਂ ਸਾਰੇ ਸੈਲਾਨੀਆਂ ਨੇ ਆਪਣੀਆਂ ਟਿਕਟਾਂ ਵੀ ਕੈਨਸਲ ਕਰ ਦਿੱਤੇ ਨੇ ਜੋ ਕਿ ਮਾਲਦੀਵ ਜਾਣਾ ਚਾਹੁੰਦੇ ਸੀਗੇ ਯਾਨੀ ਕਿ ਮਾਲਦੀਵ ਨੇ ਪੂਰੀ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਦਿਲਾਂ ਚੋਂ ਆਪਣੇ ਆਪ ਨੂੰ ਉਤਾਰ ਲਿਆ ਹੈ ਇਸ ਲਈ ਮਾਲਦੀਵ ਦੇ ਰਾਸ਼ਟਰਪਤੀ ਵੱਲੋਂ ਤਿੰਨ ਮੰਤਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਇਸ ਦਾ ਕੋਈ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਮਾਲਦੀਵ ਦੇ ਬਿਆਨ ਨੇ ਸਾਰੇ ਇੰਡੀਆ ਨੂੰ ਗਰੋਧ ਵਿੱਚ ਪਾ ਦਿੱਤਾ ਹੈ ਹੁਣ ਹਰ ਤਰਫ ਸਿਰਫ ਇੱਕੋ ਹੀ ਗੱਲ ਚੱਲ ਰਹੀ ਹੈ ਬਾਇਕਾਟ ਮਾਲਦੀਵਸ ਬਾਇਕਾਟ ਮਾਲਦੀਵਸ ਨੂੰ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ ਹੈ ਤੇ ਬਹੁਤ ਸਾਰੇ ਵੱਡੇ ਸੈਲੀਬ੍ਰਿਟੀ ਕਾਰੋਬਾਰੀ ਅਤੇ ਨੇਤੂ ਲੋਕ ਵੀ ਸਪੋਰਟ ਕਰ ਰਹੇ ਨੇ ਮਾਲਦੀਵ ਦੇ ਇੱਕ ਮੰਤਰੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਦਿੱਤੇ ਅਪਮਾਨਜਨਕ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਨਾ ਹੋਰ ਵਧ ਗਿਆ ਹੈ ਭਾਰਤ ਤੇ ਮਾਲਦੀਵ ਵਿਚਾਲੇ ਸ਼ੁਰੂ ਹੋਏ ਵਿਵਾਦ ਦੀ ਹਰ ਪਾਸੇ ਵਿਚਾਰ ਚਰਚਾ ਹੋ ਰਹੀ ਹੈ ਪੂਰੇ ਭਾਰਤ ਦੇ ਵਿੱਚ ਮਾਲਦੀਵ ਦੇ ਬਾਇਕਾਟ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਹਨ ਇਸ ਮੁੱਦੇ ਤੇ ਬੀ ਟਾਊਨ ਸਲੇਵਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ ਉੱਥੇ ਹੀ ਇਸ ਦੌਰਾਨ ਦਾ ਐਫ ਡਬਲਯੂ ਆਈ ਸੀਈ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆਸ ਨੇ employees ਨੇ ਵੀ ਮਾਲਦੀਵ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਮਾਲਦੀਵ ਦਾ ਬਾਈਕਾਟ ਕਰਨ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ ਯਾਨੀ DFWICE ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਨਿਰਮਾਤਾਵਾਂ ਨੂੰ ਮਾਲਦੀਵ ਨੂੰ ਸ਼ੂਟਿੰਗ ਨਾ ਕਰਨ ਦੀ ਅਪੀਲ ਕੀਤੀ ਹੈ डब्ल्यूएफडब्ल्यूआईसीई ने एक प्रेस रिलीज जारी करते हुए लिखा कि विषय पद्दरते सम्मानित प्रधानमंत्री मोदी ਨੂੰ ਲੈ ਕੇ ਕੀਤੀ ਗਈ मालदीव ਦੇ ਨੇਤਾਵਾਂ ਦੁਆਰਾ ਜੋ અપમાનਜਨਕ ਟਿੱਪਣੀ ਕੀਤੀ ਗਈ ਹੈ ਉਸ ਕਰਕੇ एफडब्ल्यूआईसीई ने मालदीव ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। प्रेस रिलीज ਦੇ ਵਿੱਚ मालदीव ਦੇ تین ਮੰਤਰੀਆਂ ਵੱਲੋਂ ਦਿੱਤੇ ਗਏ અપમાનਜਨਕ ਬਿਆਨ ਦਾ ਵਰਣਨ ਕਰਦੇ ਹੋਏ ਲਿਖਿਆ ਗਿਆ ਹੈ ਕਿ मालदीव ਦੇ تین ਮੰਤਰੀਆਂ ਵੱਲੋਂ ਦਿੱਤੇ ਗਏ અપમાનਜਨਕ ਬਿਆਨ ਨੂੰ ਲੈ ਕੇ ਭਾਰਤ ਅਤੇ ਮਾਲਦੀਵ ਵਿਚਾਲੇ ਵੱਧਦੇ ਤਣਾਅ ਦੇ ਮੱਦੇਨਜ਼ਰ ਮੀਡੀਆ ਤੇ ਮਨੋਰੰਜਨ ਨੇ ਦਿਓਗ ਚ ਕੰਮ ਕਰਨ ਵਾਲੇ ਲੋਕਾਂ ਤੇ ਪਾਬੰਦੀ ਹੈ ਤੁਹਾਨੂੰ ਦੱਸ ਦੇ ਕਿ FWICE ਕਾਮੀਆਂ ਟੈਕਨੀਸ਼ੀਅਨਸ ਅਤੇ ਕਲਾਕਾਰਾਂ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਸੰਸਥਾ ਵਿਸ਼ਵ ਵਸਟਰ ਤੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਮਾਲਦੀਵ ਦੇ ਮੰਤਰੀਆਂ ਦੀਆਂ ਗੈਰ ਜ਼ਿੰਮੇਵਾਰਨਾ ਅਤੇ ਗਲਤ ਟਿੱਪਣੀਆਂ ਦੀ ਨਿੰਦਾ ਕਰਦੀ ਹੈ ਰਿਲੀਜ਼ ਵਿੱਚ ਇਹ ਕਿਹਾ ਗਿਆ ਹੈ ਕਿ ਰਾਸ਼ਟ੍ਰ ਅਤੇ ਇਸ ਦੇ ਵਿਆਪਕ ਸੱਭਿਆਚਾਰ ਨਾਲ ਇੱਕ ਮੁਠਤਾ ਬਿਕਾਉਂਦੇ ਹੋਏ ਐਫ ਡਬਲਯੂ ਆਈ ਸੀਈ ਨੇ ਮਾਲਦੀਪ ਅਦੇਸ਼ ਦੇ ਸ਼ੂਟਿੰਗ ਸਥਾਨਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਐਫ ਡਬਲਯੂ ਆਈ ਸੀਈ ਆਪਣੇ ਮੈਂਬਰਾਂ ਨੂੰ ਭਾਰਤ ਦੇ ਖਾਸ ਸਥਾਨਾਂ ਤੇ ਸ਼ੂਟ ਕਰਨ ਅਤੇ ਭਾਰ ਦੇ ਵਿੱਚ ਸੈਲਸ ਪਾਟੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਅਪੀਲ ਕਰਦਾ ਹੈ ਤੋਂ ਦੱਸਿਆ ਕਿ ਆਖਿਰ ਮਾਲਦੀਵ ਦਾ ਮਾਮਲਾ ਹੈ ਕੀ ਹੈ ਹਾਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਦੌਰੇ ਤੇ ਸਨ ਇਸ ਦੌਰਾਨ ਪੀਐਮ ਨੇ ਉੱਥੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉੱਥੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਗੂਗਲ ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਕੁਝ ਯੂਜ਼ਰਸ ਨੇ ਇੰਟਰਨੈਟ ਤੇ ਲਕਸ਼ਦੀਪ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਸਾਡੇ ਆਪਣੇ ਦੇਸ਼ 'ਚ ਇੰਨੀ ਖੂਬਸੂਰਤ ਜਗ੍ਹਾ ਹੈ ਤਾਂ ਅਸੀਂ ਕਿਤੇ ਹੋਰ ਕਿਉਂ ਜਾਈਏ ਮਾਲਦੀਵ ਦੇ ਮੰਤਰੀਆਂ ਵੱਲੋਂ ਇਸ ਦੇ ਉੱਪਰ ਇੱਕ ਟਿੱਪਣੀ ਕੀਤੀ ਗਈ ਹੈ ਮਾਲਦੀਵ ਦੇ ਮੰਤਰੀਆਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਖਿਲਾਫ ਟਿੱਪਣੀ ਕਰ ਦਿੱਤੀ ਇਸ ਤੋਂ ਬਾਅਦ ਇਹ ਵਿਵਾਦ ਇੰਨਾ ਵੱਧ ਗਿਆ ਕਿ ਹੁਣ ਮਾਲਦੀਵ ਦਾ ਬਾਈਕਾਟ ਕਰਨ ਦੀ ਵੀ ਚਰਚਾ ਹੈ ਇਨਾਈ ਨੇ ਜੇਕਰ ਮੀਡੀਆ ਰਿਪੋਰਟਾਂ ਦੀ ਬਣੀਏ ਤਾਂ ਕਿਹਾ ਜਾ ਰਿਹਾ ਹੈ ਕਿ ਮਾਲਦੀਵ ਸਰਕਾਰ ਨੇ ਇਨ ਤਿੰਨਾਂ ਮੰਤਰੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਹੈ 22 ਜਨਵਰੀ ਨੂੰ ਦੇਸ਼ ਦਾ ਬਹੁਤ ਇਤਿਹਾਸਿਕ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਬਹੁਤ ਹੀ ਖਾਸ ਦਿਨ ਹੈ ਅਯੁੱਧਿਆ ਦੇ ਵਿੱਚ 22 ਜਨਵਰੀ ਨੂੰ ਰਾਮ ਮੰਦਰ ਵਿੱਚ ਚੋਣ ਵਾਲੇ RAM LALA ਦੇ ਪ੍ਰਾਨ ਪ੍ਰਤੀਸ਼ਟਾ ਸਮਾਰੋਹ ਦੇ ਆਯੋਜਨ ਜਿਸੀਆਂ ਤਿਆਰੀਆਂ ਜੋਰਾ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ RAM ਮੰਦਰ ਦੇ ਉਦਘਾਟਨ ਦੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਇਹ ਦਿਨ ਕਈ ਦੇਸ਼ਾਂ ਦੇ ਵਿੱਚ ਵੀ ਮਨਾਇਆ ਜਾਵੇਗਾ ਹਾਲਾਂਕਿ ਸਯੁਕਤ ਅਰਬ ਅਮੀਰਾਤ ਯਾਨੀ UAE <Sanye> 14 ਫਰਵਰੀ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਦਰਅਸਲ UAE ਦੀ ਰਾਸਥਾਨੀ ਅਬੂ ਧABI ਦੇ ਵਿੱਚ ਪਹਿਲਾ ਹਿੰਦੂ ਮੰਦਰ ਤਿਆਰ ਹੈ ਇਸ ਦਾ ਉਦਘਾਟਨ ਵੀ 14 ਫਰਵਰੀ 2024 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਬੂ ਅਬੂਦਾਬੀ ਦੇ ਵਿੱਚ ਪਹਿਲਾ Hindu ਮੰਦਿਰ ਬਣਾਉਣ ਵਾਲੀ ਸੰਸਥਾ BAPS ਸੁਮੀ ਨਰਾਇਣ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਦੇ ਲਈ ਸੱਦਾ ਦਿੱਤਾ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ। ਇਹ ਅਬੂਦਾਬੀ ਦਾ ਪਹਿਲਾ Hindu ਮੰਦਿਰ ਹੈ ਜੋ 14 ਫਰਵਰੀ ਨੂੰ ਖੁੱਲਣ ਜਾ ਰਿਹਾ ਹੈ। ਅਲ ਬਕਬਾ ਸਾਂਦੇ 20000 ਵਰਗ ਮੀਟਰ ਦੇ ਜ਼ਮੀਨ ਤੇ ਬਣਿਆ ਹੈ। ਇਸ ਮੰਦਿਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਾਚੀਨ ਕਲਾ ਅਤੇ ਆਧੁਨਿਕ वाਸਤੂ ਕਲਾ ਦੇ ਸੁਮੇਲ ਨਾਲ ਬਣੇ ਇਸ ਮੰਦਿਰ ਦੀ ਨਕਾਸ਼ੀ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਦੇ ਵਿੱਚ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ। ਜਿਹੇ ਜੁਦਗਾਟਨ ਤੋਂ ਪਹਿਲਾਂ ਇੱਥੇ ਅਯੁੱਧਿਆ ਦੀ ਤਰਫ਼ ਸੇ ਤਿਆਰੀਆਂ ਜ਼ੋਰਾਂ ਤੇ ਸਨ ਅਬੂਦਾਬੀ 'ਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ 'ਚ ਭਾਰਤ ਦੇ ਲੋਕ ਵੀ ਹਿੱਸਾ ਲੈਣਗੇ ਇਹ ਮੰਦਿਰ ਭਾਰਤ ਅਤੇ ਯੂਏਏ ਦਰਮਿਆਨ ਬਿਹਤਰ ਸਬੰਧ ਸਥਾਪਿਤ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ ਉਤੇ ਹੀ 22 ਜਨਵਰੀ ਦੀ ਗੱਲ ਕਰੀਏ ਤਾਂ 22 ਜਨਵਰੀ 2024 ਦਾ ਦਿਨ ਬਿਹਤ ਖਾਸ ਹੋਣ ਵਾਲਾ ਹੈ ਉੱਤਰ ਪ੍ਰਦੇਸ਼ ਦੇ ਅਯੁੱਧਿਆ ਚ ਰਾਮ ਮੰਦਿਰ ਚ ਰਾਮ ਲਲਾ ਦੀਪ ਪ੍ਰਣ ਪ੍ਰਤੀਸ਼ਟਾ ਦਾ ਇਤਿਹਾਸਕ ਸਮਾਰੋਹ ਹੋਣ ਜਾ ਰਿਹਾ ਹੈ ਇਸ ਲਈ राम मंदिर ਦੀ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਹਨ ਇਸ ਖਾਸ ਮੌਕੇ ਨੂੰ ਹੋਰ ਖਾਸ ਬਣਾਉਣ ਦੇ ਲਈ ਦੇਸ਼ ਵਿਦੇਸ਼ ਤੋਂ ਅਯੁੱਧਿਆ ਲਈ ਤੋਹਫੇ ਭੇਜੇ ਜਾ ਰਹੇ ਹਨ ਇਨ੍ਹਾਂ ਤੋਹਫਿਆਂ ਦੇ ਵਿੱਚ 108 ਫੁੱਟ ਲੰਬੀ ਅਗਰਬਤੀ 2100 ਕਿਲੋ ਦਾ ਘੰਟਾ 1100 ਕਿਲੋਗ੍ਰਾਮ ਵਜਨੀ ਇੱਕ ਵਿਸ਼ਾਲ ਦੀਵਾ ਸੋਨੇ ਦੇ ਪਾਦੂਕੋਂ 10 ਫੁੱਟ ਉੱਚਾ ਤਾਲਾ ਅਤੇ ਚਾਬੀ ਅਤੇ ਇਕੱਠੇ 8 ਦੇਸ਼ਾਂ ਦਾ ਸਮਾਦਨ ਕਰਨ ਵਾਲੀ ਇੱਕ ਕੜੀ ਵਿਸ਼ੇਸ਼ ਕਿਚਰਾ ਕੇਂਦਰ ਹੈ بس ਇੰਨਾ ਹੀ ਨਹੀਂ Nepal ਦੇ Janakpur ਤੋਂ ਵੀ ਤੋਹਫੇ ਪਹੁੰਚੇ ਹਨ માતા ਸੀਤਾ ਦੀ ਜਨਮ ਭੂਮੀ Nepal ਦੇ Janakpur ਤੋਂ ਭਗਵਾਨ ਸ਼੍ਰੀ ਰਾਮ ਲਈ 3000 ਤੋਂ ਵਧੇਰੇ ਤੋਹਫੇ ਅਯੁੱਧਿਆ ਪਹੁੰਚੇ ਹਨ ਇਨ੍ਹਾਂ ਵਿੱਚ ਚਾਂਦੀ ਦੀਆਂ ਚਪਲਾਂ ਗਹਿਣੇ ਅਤੇ ਕੱਪੜੇ ਸਮੇਤ ਕਈ ਹੋਰ ਤੋਹਫੇ ਸ਼ਾਮਲ ਹਨ ਲਗਭਗ 3 ਵਾਹਨਾਂ ਦੇ ਕਾਫਲੇ ਵਿੱਚ ਰੱਖ ਕੇ ਇਹਨਾਂ ਤੋਹਫਿਆਂ ਨੂੰ ਲਿਆਂਦਾ ਜਾ ਰਿਹਾ ਹੈ Gujarat ਤੋਂ ਆ ਰਹੀ 108 ਫੁੱਟ ਲੰਬੀ ਅਗਰਬਤੀ Gujarat ਤੋਂ ਅਯੁੱਧਿਆ 36 10 ਕਿਲੋਮੀਟਰ 3610 ਕਿਲੋਗ੍ਰam ਭਾਰੀ ਅਗਰਬਤੀ ਲਿਆਂਦੀ ਜਾ ਰਹੀ ਹੈ 108 ਫੁੱਟ ਲੰਬੀ ਇਸ ਅਗਰਬੱਤੀ ਨੂੰ ਲੈ ਕੇ ਇੱਕ ਟਰੱਕ ਰਾਹੀ ਲਿਆਂਦਾ ਜਾ ਰਿਹਾ ਹੈ ਗੁਜਰਾਤ 'ਚ ਤਿਆਰ ਕੀਤੀ ਗਈ ਇਸ ਅਗਰਬੱਤੀ ਨੂੰ ਬਣਾਉਣ ਦੇ ਵਿੱਚ 6 ਮਹੀਨੇ ਲੱਗੇ ਹਨ ਇਹ ਅਗਰਬੱਤੀ ਕਰੀਬ 1.5 ਮਹੀਨੇ ਬਲੇਗੀ ਅਤੇ 50 ਕਿਲੋਮੀਟਰ ਦੇ ਇਲਾਕੇ 'ਚ ਖੁਸ਼ਬੂ ਫੈਲਾਏਗੀ ਉੱਤੇ ਗੁਜਰਾਤ ਤੋਂ ਵਿਸ਼ਾਲ ਨਗਾੜਾ ਵੀ ਆ ਰਿਹਾ ਹੈ ਸੋਨੇ ਦੀ ਪਰਤ ਦੇ ਝੜਿਆ ਏ 55 ਇੰਚ ਦਾ ਵਿਸ਼ਾਲ ਨਗਾੜਾ ਰਾਮ ਮੰਦਰ 'ਚ ਸਥਾਪਿਤ ਕੀਤਾ ਜਾਵੇਗਾ ਗੁਜਰਾਤ ਦੇ ਦਰਿਆਪੁਰ ਤੋਂ ਇਹ ਨਗਾੜਾ ਭੇਜਿਆ ਗਿਆ ਮੰਦਰ ਦੇ ਵੇੜੇ ਵਿੱਚ 55 ਇੰਚ ਦਾ ਇਹ ਨਗਾੜਾ ਸਥਾਪਿਤ ਕੀਤਾ ਜਾਵੇਗਾ ਵਡੋਦਰਾ ਦੇ ਰਹਿਣ ਵਾਲੇ ਕਿਸਾਨ ਅਰਵਿੰਦ ਪਾਈ ਮੰਗਲ ਪਾਈ ਪਟੇਲ ਨੇ 1100 ਕਿਲੋਗ੍ਰam ਵਜਨ ਦਾ ਇੱਕ ਵਿਸ਼ਾਲ ਦੀਵਾ ਤਿਆਰ ਕੀਤਾ ਇਹ ਦੀਵਾ 9.25 ਫੁੱਟ ਉੱਚਾ ਤੇ 8 ਫੁੱਟ ਚੌੜਾ ਹੈ ਇਸ ਦੀ ਸਮਰਥਾ 854 ਕਿਲੋਗ੍ਰam ਕੀ ਹੋਦੀ ਹੈ ਇਹ ਦੀਵਾ ਸੋਨਾ ਚਾਂਦੀ ਤਾਂਬਾ ਤੇ ਲੋਹੇ ਦੇ ਮਿਲ ਕੇ ਬਣਿਆ ਹੈ ਸੂਰਤ ਤੋਂ ਵੀ ਇੱਕ ਖਾਸ ਚੀਜ਼ ਆ ਰਹੀ ਹੈ ਮਾਤਾ ਸੀਤਾ ਲਈ ਰਾਮ ਮੰਦਰ ਅਤੇ ਸ਼੍ਰੀ ਰਾਮ ਦੀ ਤਸਵੀਰ ਵਾਲੀ ਖਾਸ ਸਾੜੀ ਸੂਰਤ ਤੋਂ ਆ ਰਹੀ ਹੈ ਦੇਸ਼ ਦੇ ਪ੍ਰਮੁੱਖ ਕਪੜਾ ਕੇਂਦਰ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਖਾਸ ਸਾੜੀ ਤਿਆਰ ਕੀਤੀ ਗਈ ਹੈ ਉਤਤਹੀ ਯੂਪੀ ਤੋਂ ਵੀ ਇੱਕ ਖਾਸ ਚੀਜ਼ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਤਾਲਾ ਬਣਾਉਣ ਵਾਲੇ ਸਤਿਆਪ੍ਰਕਾਸ਼ ਸ਼ਰਮਾ ਨੇ 10 ਫੁੱਟ ਉੱਚਾ ਤੇ 4 1/6 ਫੁੱਟ ਚੌੜਾ ਅਤੇ 9 5 ਇੰਚ ਮੋਟਾਈ ਵਾਲਾ 400 ਕਿਲੋਗ੍ਰਾਮ ਵਜਨ ਦਾ ਤਾਲਾ ਤਿਆਰ ਕੀਤਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਤਾਲਾ ਤੇ ਚਾਬੀ ਹੈ ਇਸ ਨੂੰ ਗੁਰੂ ਮੰਦਰ ਲਈ ਭੇਟ ਕੀਤਾ ਗਿਆ ਉਹ ਤੇ ਹੀ ਅੱਠ ਦੇਸ਼ਾਂ ਦਾ ਇੱਕੋ ਸਮੇਂ ਵਿੱਚ ਸਮਾ ਦੱਸਣ ਵਾਲੀ ਕੜੀ ਲਖਨਊ ਤੋਂ ਆਈ ਹੈ ਲਖਨਊ ਸਥਿਤ ਇੱਕ ਸਬਜ਼ੀ ਵਿਕਰੇਤਾ ਨੇ ਖਾਸ ਰੂਪ ਨਾਲ ਇੱਕ ਅਜਿਹੀ ਕੜੀ ਡਿਜ਼ਾਈਨ ਕੀਤੀ ਹੈ ਜੋ ਇੱਕ ਹੀ ਸਮੇਂ ਵਿੱਚ ਸਮਾਂ ਦੱਸਦੀ ਹੈ 52 ਸਾਲ ਦੇ ਅਨਿਲ ਕੁਮਾਰ ਸ਼ਾਹੂ ਨੇ 75 ਸੈਂਟੀਮੀਟਰ ਵਿਆਸ ਵਾਲੀ ਕੜੀ ਮੰਦਰ ٹرسٹ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਤੋਹਫ਼ੇ ਵਿੱਚ ਦਿੱਤੀ। ਇਹ ਕੜੀ ਭਾਰਤ, ਜਾਪਾਨ, ਰੂਸ, ਦੁਬਈ, ਚੀਨ, ਸਿੰਗਾਪੂਰ, ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦਾ ਸਮਾਂ ਇੱਕੋ ਸਮੇਂ ਦੱਸਦੀ ਹੈ। ਉਤੇ ਹੀ 2400 ਕਿਲੋ ਦਾ ਕੰਟਾ ਕੁੰਗਰੂ ਕੰਟੀ ਉਦਯੋਗ ਦੀ ਨਗਰੀ ਏਟਾ ਦੇ ਜਲੇਸਰ ਤੋਂ 2400 ਕਿਲੋ ਦਾ ਕੰਟਾ ਬਦਵਾਰਸ ਮੇਰੇ ਅਯੁੱਧਿਆ ਪਹੁੰਚਿਆ। ਅਸ਼ਟਾਤੂ ਦੇਸ ਕੰਟੇ ਨੂੰ ਸੈਂਕੜੇ ਵਪਾਰੀ ਫੁੱਲਾਂ ਦੇ ਨਾਲ ਸਜੇ ਰਤ ਤੇ ਅਯੋਧਿਆ ਲਿਆਇ ਜਿਸ ਨੂੰ ਸ਼੍ਰੀ ਰਾਮ ਜਨਪ੍ਰਥਮੀ ਤੀਰਥ ਖੇਤਰ ਟਰਸਟ ਨੂੰ ਸਮਰਪਿਤ ਕੀਤਾ ਗਿਆ ਇਸ ਕੰਟੇ ਦੀ ਆਵਾਜ਼ ਸ਼ਾਂਤ ਮਾਹੌਲ ਚਕਰੀਬ 2 ਕਿਲੋਮੀਟਰ ਤੱਕ ਸੁਣਾਈ ਦੇ ਸਕਦੀ ਹੈ ਸੋ ਰਾਮੰਦਨ ਦੀ ਤਿਆਰੀਆਂ ਪੂਰੇ ਦੇਸ਼ ਵਿੱਚ ਚੱਲ ਰਹੀਆਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਚੱਲ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਸ਼ਰਦੌਲ ਦੇ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ 22 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਦੀਵਾਲੀ ਮਨਾਈ ਜਾਏਗੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਖਿਰ ਕਾਫੀ ਲੰਬੇ ਸਮੇਂ ਤੋਂ ਬਾਅਦ ਇਹ ਇੰਤਜ਼ਾਰ ਖਤਮ ਹੋਇਆ ਹੈ ਰਾਮ ਲਲਾ ਦੀ ਪ੍ਰਾਨ ਪ੍ਰਸਟਿਸ਼ਾ ਕੀਤੀ ਜਾਵੇਗੀ ਜਿਸ ਦਾ ਇੰਤਜ਼ਾਰ ਹੁਣ ਲੋਕਾਂ ਦੇ ਮਨ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਹੈ ਅਤੇ 22 ਜਨਵਰੀ ਦਾ ਇੰਤਜ਼ਾਰ ਹਲੇ ਬਾਕੀ ਹੈ ਐਸਾਂਜੀ ਅੱਜ ਦੇ ਖਬਰ ਨਮਾ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਅਪਡੇਟਸ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਟੀ ਵਿਦਨਾਲ ਤੁਹਾਨੂੰ ਸਭ ਦਾ ਬਹੁਤ ਬਹੁਤ ਧੰਨਵਾਦ